ਇਹ ਪ੍ਰੋਬਲਮ ਕਾਫੀ ਬੀਰਾਂ ਨੇ ਫੇਸ ਕਰੀ ਆ ਉਹ ਕਹਿੰਦੇ ਯਾਰ ਜਿੱਦੋਂ ਉਹ ਵੀ ਢੂਹੀ ਇਧਰ ਨੂੰ ਕਰਦੇ ਆ ਉਦੋਂ ਨੂੰ ਕੜਕੜਕ ਕੜਕ ਮੋਢੇ ਹਿਲਾਉਣੇ ਆ ਉਹ ਕੜਕ ਮਤਲਬ ਸਾਰੀ ਬਾਡੀ ਇਹ ਖੜਕੀ ਜਾਂਦੀ ਆ ਇਹਦਾ ਕਾਰਨ ਕੀ ਆ ਜਿਹੜੇ ਬੰਦੇ ਨੇ ਆਪਣੀ ਬਾਡੀ ਜਮਈ ਬਰਫ਼ ਚ ਲਾਈ ਪਈ ਆ ਮਤਲਬ ਬਾਡੀ ਨੂੰ ਹਿਲਾਉਂਦੇ ਹੀ ਨਹੀਂ ਵਰਕੇ ਨਹੀਂ ਕਰਦੇ ਹੁਣ ਤੁਸੀਂ ਰਾਤ ਨੂੰ ਸੌ ਕੇ ਉੱਠੋ ਦੇਖੋ ਸਵੇਰੇ ਉੱਠ ਕੇ ਜਦੋਂ ਅਗੜਾਈ ਲੈਣੇ ਹੋ ਸਾਰੀ ਬਾਡੀ ਕਿਰਾਂ ਉਹ ਹੱਡ ਥੋੜੇ ਕੜਕੜੇ ਕਰਦੇ ਨੇ ਨਾ ਕਿਉਂਕਿ ਜਦੋਂ ਬਾਡੀ ਨੂੰ ਹਿਲਾਉਣਾ ਨਹੀਂ ਫਿਰ ਬਾਡੀ ਦੇ ਵਿੱਚ ਇਦਾਂ ਦੀਆਂ ਥੋੜੀਆਂ ਬੋਨ ਵੀਕ ਹੁੰਦੀਆਂ ਨੇ ਪਰ ਉਹ ਤਾਂ ਰਾਤ ਦੀ ਗੱਲ ਆ ਉਹ ਦਿਨੇ ਵੀ ਸਭ ਜ ਲੋ ਬੈਠੇ ਰਹਿੰਦੇ ਨੇ ਕੀ ਮੰਦੇ ਡਰਾਈਵ ਵੀ ਕਰੀ ਜਾਂਦੇ ਨੇ ਜਾਂ ਕੋਈ ਵਰਕਆਊਟ ਨਹੀਂ ਹੈਗਾ ਫਿਰ ਉਹਨਾਂ ਦੀ ਹੱਡੀਆਂ ਵੀਕ ਹੋ ਜਾਂਦੀਆਂ ਨੇ ਪਿੱਜਲ ਹੋ ਜਾਂਦੀਆਂ ਨੇ ਇਦਾਂ ਹੀ ਮਸਲ ਇਹਦਾ ਸਿੰਪਲ ਸੋਲੂਸ਼ਨ ਮੈਂ ਤੁਹਾਨੂੰ ਦੱਸ ਦਦਾ ਜੇ ਵਰਕਆਊਟ ਦਾ ਵੀ ਟਾਈਮ ਨਹੀਂ ਹੈਗਾ ਇਹ ਕਰਕੇ ਦੇਖਿਓ ਤਰਮੋਨਾ ਦੱਸਦਾ ਤੁਹਾਨੂੰ ਦਿਨ ਦੇ ਵਿੱਚ ਚਾਹੇ 20 ਵੀ ਦੇ ਸੈੱਟ ਕਰਕੇ ਵੀ 100 200 ਦੰਡ ਲਾਓ ਤੇਤੇ ਨਾਲ ਬੈਠਕਾ 100 200 ਬੈਠਕਾਉਂ ਪਲਵਾਨ ਕਿੰਨੀ ਬੈਠਕਾ ਲਾਉਂਦੇ ਨੇ ਪੱਟ ਦੇਖਿਓ ਗੱਡੇ ਗੱਡੇ ਹੁੰਦੇ ਨੇ ਆ ਦੋ ਚੀਜ਼ਾਂ ਤੁਸੀਂ ਕਰਨੀਆਂ ਨੇ ਦਿਨ ਚ ਜਿੱਥੇ ਟਾਈਮ ਲੱਗਦਾ ਜਿੰਨੇ ਮਰਜ਼ੀ ਤੁਸੀਂ ਬਿਜ਼ੀ ਹੋ ਜੋਬ ਚ ਪਰ ਤੁਹਾਡੇ ਕੋ ਘੱਟੋ ਘੱਟ 20 30 ਮਿੰਟ ਤਾਂ ਹੁੰਦੀ ਹੀ ਨੇ ਇੰਨੇ ਕੁ ਜਿਹੇ ਕੰਮ ਹੋ ਜਾਣਾ ਤੇ 10 15 ਦਿਨ ਲਗਾਤਾਰ ਇਹ ਕੀ ਕਰਕੇ ਦੇਖਿਓ ਥੋੜੀ ਬਾਡੀ ਤੇ ਜਾਨ ਭਰ ਲੱਜੂਗੀ ਕਿਉਂਕਿ ਬਾਡੀ ਨੂੰ ਹਿਲਾਉਂਦੀ ਨਹੀਂ ਹੈਗੇ ਹਾਜਮਾ ਤਾਂ ਹੀ ਖਰਾਬ ਹੁੰਦਾ ਕਬਜ਼ ਤਾਂ ਹੀ ਹੁੰਦੀ ਹੈ ਲੋਕਾਂ ਨੂੰ ਜੇ ਜਿੰਮ ਲਾ ਲਉ ਫੇ ਤਾਂ ਬਾਲੀ ਵਧੀਆ ਨਹੀਂ ਦਿਨ ਚ 35-40 ਮਿੰਟ ਨਾ ਕਿਰਾਂ ਬਾਡੀ ਨੂੰ ਹਲਾਦਿਆ ਕਰੋ ਸਾਰੀ ਨੂੰ ਜਿਵੇਂ ਭਾਂਡਾ ਫੜ ਕੇ ਹਲਾਈਦਾ ਡੰਡ ਬੈਠ ਕੇ ਕਿਰਾਂ ਬਸ ਕਰਾ ਦੋ ਇਹਦੀ ਫੇ ਦੇਖੋ ਥੋੜੀ ਬਾਡੀ ਕਿੰਨੀ ਖੋਲ ਜਾਣੀ ਆ ਜੇ ਤੁਹਾਡੀ ਕੋਈ ਵੀ ਹੱਡੀ ਕੜੇ ਕਗੜੇ ਕਰ ਗਈ ਮੁੜ ਕੇ ਆਹੀ ਵੀਡੀਓ ਨੂੰ ਲੱਭ ਗਿਆ ਅੱਗੇ ਕਮੈਂਟ ਕਰ ਦਿਓ